ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸੰਤ ਰਾਮਪਾਲ ਸਿੰਘ ਜੀ ਝਾਂਡੇ ਵਾਲਿਆਂ ਦੇ ਪੂਜਨਿਕ ਪਿਤਾ ਬਾਬਾ ਗੁਲਜ਼ਾਰ ਸਿੰਘ ਜੀ ਦੀ 16ਵੀਂ ਬਰਸੀ ਪਿੰਡ ਝਾਂਡੇ ਜ਼ਿਲ੍ਹਾ ਲੁਧਿਆਣਾ ਵਿਖੇ ਮਿਤੀ 5 ਦਸੰਬਰ 2017 ਦਿਨ ਮੰਗਲਵਾਰ ਨੂੰ ਬੜੀ ਹੀ ਸ਼ਰਧਾ ਨਾਲ ਮਨਾਈ ਗਈ। ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦਾ ਆਰੰਭ ਮਿਤੀ 3 ਦਸੰਬਰ ਨੂੰ ਹੋਇਆ ਅਤੇ ਭੋਗ ਮਿਤੀ 5 ਦਸੰਬਰ 2017 ਦਿਨ ਮੰਗਲਵਾਰ ਨੂੰ ਗੁਰੂ ਨਾਨਕ ਦਰਬਾਰ ਪਿੰਡ ਝਾਂਡੇ ਵਿਖੇ ਪੈਣ ਨੂੰ ਉਪਰੰਤ ਰੂਹਾਨੀ ਦੀਵਾਨ 12 ਤੋਂ 1 ਵਜੇ ਤੱਕ ਹੋਇਆ। ਇਸ ਮੌਕੇ ਗੁਰੂ ਕਾ ਲੰਗਰ ਵੀ ਅਤੁੱਟ ਵਰਤਾਇਆ ਗਿਆ ਜੋ ਕਿ ਸੰਗਤਾਂ ਨੇ ਪੰਗਤਾਂ ਵਿੱਚ ਬੈਠ ਕੇ ਛਕਿਆ। ਸਾਡੀ ਟੀਮ ਨੇ ਇਸ ਦਾ ਦੌਰਾ ਕੀਤਾ। ਪੇਸ਼ ਹੈ ਪੰਜਾਬ ਪਲੱਸ ਦੀ ਟੀਮ ਵੱਲੋਂ ਇੱਕ ਰਿਪੋਰਟ। ਹਰਮ ਪਰਮ ਹੋਏ ਖਵਾਲ ਪੂਰਵ ਰਿਖਿਆ ਕਾਮਾਵਣਾ ਸਚ ਪਹਿਨਣਾ ਤੇਗ ਨਾਨਕ ਸਚ ਗੀਤ ਸ੍ਰੀ ਰਾਗ ਮਹੱਲਾ ਪੰਜਵਾ ਸਭੇ ਥੋਕ ਬਰਾਬਦੇ ਜੇ ਆਵੇ ਕਾਤ ਜਨਮ ਪਦਾਰਥ ਸਫਲ ਹੈ ਸੱਚਾ ਹਮਾਏ ਰਹਾਉ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸੀਤਲ ਹੋਏ ਜਿਸ ਕੋ ਪੂਰਬ ਲਿਖਿਆ ਮਾਧੋ ਹਮ ਐਸੇ ਤੂੰ ਵੈਸਾ ਮਾਧੋ ਹਮ ਐਸੇ ਮਾਧੋ ਹਮ ਐਸੇ ਮਾਧੋ ਹਮ ਐਸੇ ਤੂੰ ਵੈਸਾ ਮਾਧੋ ਹਮ ਐਸੇ ਮਾਧੋ ਹਮ ਐਸੇ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ਦੇਸਾ ਮਾਧੋ ਹਮ ਐਸੇ ਤੂੰ ਵੈਸਾ ਮਾਧੋ ਹਮ ਐਸੇ ਮਾਧੋ ਹਮ ਐਸੇ ਮਾਧੋ ਹਮ ਐਸੇ ਤੂੰ ਐਸਾ ਮਾਧੋ ਹਮ ਐਸੇ ਮਾਧੋ ਹਮ ਐਸੇ ਹਮ ਮੈਲੇ ਤੂੰ ਪੂਜਲ ਕਰਦੇ ਹਮ ਨਿਰਗੁਣ ਤੂੰ ਦਾਤਾ ਹਮ ਮੈਲੇ ਤੂੰ ਪੂਜਲ ਕਰਦੇ ਹਮ ਨਿਰਗੁਣ ਤੂੰ ਦਾਤਾ ਹਮ ਮੂਰਖ ਤੂੰ ਚਤੁਰ ਸੇ ਨਾ ਭਾਗਾਂ ਤੋਂ ਨਾ ਸੇਵਾ ਨਾ ਸਤਸੰਗ ਨਾ ਹੀ ਨਾਮ ਸਿਮਰਨ ਹੁੰਦਾ ਨਾ ਹੀ ਬਹੁਤੀ ਫਲ ਪਾਇਆ ਜਾਂਦਾ। ਇੱਕ ਸਮੇਂ ਸ਼੍ਰੀ ਗੁਰੂ ਨਾਨਕ ਤੱਤੇ ਬਾਲਾ ਤੇ ਮਰਦਾਨਾ ਸਾਹਿਬ ਇੱਕ ਸਮੇਂ ਮਹਾਰਾਜ ਜੀ ਜਗ ਜਲੰਧੇ ਨੂੰ ਤਾਰਦੇ ਹੋਏ ਗੁਰੂ ਸੰਗਤ ਜੀ ਨਗਰ ਦੇ ਬਾਹਰ ਬਾਹਰ ਖੂਹ ਤੇ ਜਾ ਕੇ ਖੇਤ ਦੇ ਵਿੱਚ ਖੂਹ ਤੇ ਬਹਿ ਗਏ ਤੇ ਮਰਦਾਨੇ ਨੂੰ ਕਹਿੰਦੇ ਮਰਦਾਨਿਆਂ ਦੇਖ ਰੰਗ ਕਰਤਾਰ ਦੀ ਉਹਨੂੰ ਫੇਰ ਨਾ ਸਮਝ ਲੱਗੀ ਗੁਰੂ ਦੀ ਕਿਰਪਾ ਬਿਨਾਂ
ਤੇ ਗੁਰੂ ਦੀ ਦ੍ਰਿਸ਼ਟੀ ਬਿਨਾ ਉਥੋਂ ਟਿੱਕਰ ਮੱਤ ਸਮਾਪਤ ਨਹੀਂ ਜਾਊ ਜਿੱਥੋਂ ਟਿੱਕਰ ਗੁਰੂ ਮੱਤ। ਫਿਰ ਸ੍ਰੀ ਗੁਰੂ ਨਾਨਕ ਸਾਹਿਬ ਕਹਿਣ ਲੱਗੀ, ਦੇਖ ਮਰਦਾਨਿਆ ਰੰਗ ਕਰਤਾਰ ਦੀ। ਜਦੋਂ ਤੀਸਰੀ ਵਾਰ ਆਖਣਾ ਸੀ ਮਹਾਰਾਜ ਜੀ ਨੇ, ਪਹਿਲੋਂ ਸਿੱਖ ਦੇ ਹਿਰਦੇ ਵਿੱਚ ਭਰਤਾ ਵੀ ਉਹ ਦੇਖ ਬਜ਼ੁਰਗ ਕੀ ਕਰਦਾ। ਉਹ ਖੇਤ ਦੇ ਵਿੱਚ ਬਾਹਰ ਬਾਹਰ ਘਰ ਖੇਤ ਵਿੱਚ ਬਾਹਰ ਬਾਹਰ ਘਰ ਤੇ ਸੱਚੇ ਪਾਤਸ਼ਾਹ ਦੇ ਪਿਆਰਿਓ ਉਸ ਵਕਤ ਉਹ ਆਪਣੇ ਬੱਚੇ ਚਾਰ ਸਹਿਲਜਾਦੀ ਨੂੰ ਸਮਝਾਈ, ਕੋਈ ਮੋਟਰ ਤੇ ਖੇਤ ਜੋਤਣਾ, ਕੋਈ ਘਰ ਦੇ ਕੰਮ। ਮਹਾਰਾਜ ਜੀ ਮਦਾਨੇ ਨੂੰ ਦਿਖਾ ਰਹੇ ਨੇ ਵੀ ਕਿੱਦਾਂ ਇਹ ਬਜ਼ੁਰਗ ਬਿਜੀ ਹੈ। ਤੇ ਮਹਾਰਾਜ ਕਹਿੰਦੇ, ਚੱਲ ਮਰਦਾਨਿਆ ਆਪਾਂ ਇਹਨੂੰ ਗਿਆਨ ਜ਼ਰੂਰ ਦੇਈਏ ਵੀ ਇਹ ਦੁਨਿਆਵੀ ਪਦਾਰਥ ਅਤੇ ਦੁਨਿਆਵੀ ਆਪਣੀ ਜਿਹੜੀ ਰਚੀ ਹੋਈ ਵਾਹਿਗੁਰੂ ਦੀ ਸ੍ਰਿਸ਼ਟੀ ਉਹਨਾਂ ਦੇ ਵਿੱਚੋਂ ਮਨੁੱਖ ਤਾਂ ਦੇ ਨਾਲ ਤੇ ਸੰਸਾਰੀ ਵਸਤੂਆਂ ਦੇ ਨਾਲ ਇਹਦਾ ਇਤਨਾ ਪ੍ਰੇਮ ਹੈ ਵੀ ਇਹਨੂੰ ਪਰਮਾਤਮਾ ਦਾ ਯਸ਼ ਜਾਂ ਪਰਮਾਤਮਾ ਦੀ ਸੋਝੀ ਦਾ ਕੋਈ ਵੀ ਇਲਮ ਨਹੀਂ। ਸ੍ਰੀ ਗੁਰੂ ਨਾਨਕ ਦੇਵ ਜੀ ਤੇ ਮਰਦਾਨਾ ਸਾਹਿਬ ਮਾਲਾ ਜੀ ਸਾਹਮਣੇ ਹੀ ਉਹਨਾਂ ਦਾ ਗ੍ਰਹਿ ਘਰ ਸੀ ਤੇ ਮਰਦਾਨੇ ਨੂੰ ਕਹਿੰਦੇ, ਮਰਦਾਨਿਆ ਜਾਂ ਤੂੰ ਬਜ਼ੁਰਗ ਨੂੰ ਬੁਲਾ ਕੇ ਲਿਆ। ਪਤੀ ਉਵੇਂ ਕੀਤਾ, ਸੱਤ ਬਚਨ ਮੰਨ ਕੇ ਪਾਤਸ਼ਾਹ ਦੀ ਮਰਦਾਨਾ ਸਾਹਿਬ ਬਜ਼ੁਰਗ ਨੂੰ ਕਹਿੰਦੀ, ਬਾਪੂ ਜੀ ਤੁਹਾਨੂੰ ਸ੍ਰੀ ਗੁਰੂ ਨਾਨਕ ਦੁਨੀਆਂ ਨੂੰ ਤਾਰਨ ਹਾਰ ਗੁਰੂ ਨਾਨਕ ਤਪਾ ਨਿਰੰਕਾਰ ਮਹਾਰਾਜ ਜੀ ਸਾਡੇ ਹੈ ਕਿ ਤੁਸੀਂ ਜਾ ਕੇ ਦਰਸ਼ਨ ਪਰਸੋਂ ਦੀ ਇੰਨੀ ਕਿਰਪਾ ਜ਼ਰੂਰ ਹੋ ਗਈ ਵੀ ਉਦੋਂ ਕਹਿਣ ਤੇ ਬਜ਼ੁਰਗ ਜੀ ਚਲੇ ਗਏ। ਜਾ ਕੇ ਨਮਸਕਾਰ ਕਰੀ, ਉਦੋਂ ਸਮੇਂ ਕੋਈ ਇੰਨੀ ਭਿਆਂਕਰ ਨਹੀਂ ਸੀ ਹੁੰਦੀ, ਨਾ ਹੀ ਕੋਈ ਇੰਨਾ ਸੈਂਸ ਦਾ ਯੁੱਗ ਸੀ। ਮਹਾਰਾਜ ਕਹਿੰਦੇ, ਬਜ਼ੁਰਗ ਜੀ ਤੁਸੀਂ ਇੰਨੇ ਬਿਜੀ ਸੀ ਤੇ ਅਸੀਂ ਤੁਹਾਨੂੰ ਤੱਕ ਰਹੇ ਸੀ ਤੇ ਸਾਡੇ ਮਨ ਵਿੱਚ ਇੱਕ ਪੁਰਨਾ ਆਇਆ ਵੀ ਜੇ ਤੁਸੀਂ ਚਾਹੋ ਤੇ ਤੁਸੀਂ ਇੱਕ ਵਾਰੀ ਵਾਹਿਗੁਰੂ ਕਹੋ ਤੇ ਮੈਂ ਤੁਹਾਡੀ ਇੱਥੋਂ ਜਾਨ ਆ ਸੰਸਾਰੀ ਵਿਰਤੀ ਚੋਂ ਛੜਾ ਕੇ। ਗੁਰੂ ਨਾਨਕ ਸਾਹਿਬ ਜੀ ਕਹਿੰਦੀ, ਤੈਨੂੰ ਨਿਰੰਕਾਰ ਦੀ ਧਰਤੀ ਮੁਕਤ ਕਰਕੇ ਜੇ ਤੁਸੀਂ ਇੱਕ ਵਾਰ ਕਹੋ ਮੈਂ ਘੱਲ ਦਿਆਂ ਉਹਦੇ ਸਰੀਰ ਵਿੱਚ, ਉਸੇ ਵਕਤ ਕੰਪਨੀ ਹੋ ਗਈ। ਉਹ ਬਜ਼ੁਰਗ ਕਹਿੰਦੇ, ਗੁਰੂ ਨਾਨਕ ਤਪਾ ਜੀ ਤੁਸੀਂ ਫਕੀਰ ਮਹਾਂਪੁਰਸ਼, ਮੈਂ ਸੁਣਿਆ ਸੀ ਕਦੇ ਕਿਸੇ ਦਾ ਮਾੜਾ ਨਹੀਂ ਕਰਦੀ, ਭਲਾ ਹੀ ਆਲੋਚਦੀ ਹੈ ਕਿ ਤੁਸੀਂ ਮੈਨੂੰ ਮਾਰਨੇ ਦਾ ਬਚਨ ਕਹਿਤਾ। ਉਹ ਕਹਿੰਦੇ, ਪਿਤਾ ਜੀ ਬਜ਼ੁਰਗ ਜੀ
ये जरा जीवन है ये फानी है, ये संसार एक रोज नू बड़े बड़े छोड़ के जो तुसी भी इस मोह माया नू त्याग दो ते थोड़ा भी जीवन शबर जे कहते महाराज जी जो मेनू लोड़ होगी मैं थोड़े तो मुक्ति मांग के ले पर अज क्षमा करो भोजन प्रशादा छको मेरे गरीब की रहम करो मेरे बच्ची बच्चिया पोती पोतिया जिहड़ा दुनियावी ज्ञान है जिमें मैं माला धागे च परो लिना ऐ मैनू परिवार मेरी मंदा करती पति दुनियावी मेरे करके ये परिवार एक मुठ है सुखी है ते पाशा कोई कमी नहीं कि मैं चले गया इतने सियाणप की घाट पे जू इन्हों घर चलाना औखा हो महाराज जी ने देख लिया भी हजे मन नहीं वो कहते चंगा जदों तू आखेगा पर साडा कौर करा रहा वादा रहा कि असी तेनों उदा ही मुक्त करता वो कहता जी ठीक समा पा के गुरसंगत जी ये जड़ा मानस दिखी है इहदा जे जन्म तय है इहदा मरण भी तय है ते समा पा के वो देही ने कोई विधि अनुसार शरीर छड़ता जो छड़िया योगी बजुर्ग बलद की जूनी च जाके फिर सुरत जड़ी सी अखीर ये जड़ी अखीर सुरत है ना वे वे ऋषि महात्मा आपू क्यों कहती है कि भाई सिमरन करो जा अच्छे कर्म करो अति मोह माया त्याग की मन की ते तुसी सत्संगत नाम सिमरन सेवा परोपकार जीवन जियो अखीरली मत जिहो जी पकालांगी उहे जी पकदी सुत जावड़ी करी अखीरी वक्त बलद दे चाणी विच जावड़ी सुत भी ये बच्छा व्यर्थ है ते ये जे चले गया ते इन्हां दा किवें सर जानी जिहड़ी मोह सी वो इन्ना ज्यादा दुनियावी रमिया होया सी इस करके फिर जन्म लेना पिया ते बलद जूनी का जन्म लिया। श्री गुरु नानक देव जी जगत नूं तारदे हुए फिर करी आए ग्रह विखे फिर ग्रह विखे आके देखिया क्योंकि अंतरयामी दी दृष्टि सम दृष्टि है सम दृष्टि उन्हों कहा जाता है सतगुरु जी ने सम दृष्टि दुनिया के मालक को ही हो सकती है श्री गुरु नानक देव जी सम दृष्टि सन जिन्हों आप जानी जान आखते हैं कि अंतर की गत तुझ पै सारी अपने मन में आत्मा सुनम मन सुनम त्रै भवन सुनम कहती है नाम कमल नो चौथे पद को जो नर पुजे पाप ना पन्नम चौथा पद है रोम रोम जिन्हें रोम रोम सिमरन लग गया
ਭਲਾ ਉਹਨੂੰ ਪਾਪ ਕਿੱਦਾਂ ਲੱਗ ਜੂ ਜਿਹਦਾ ਨਾਂ ਦਾ ਇੱਕ ਇੱਕ ਰੋਮ ਸਿਮਰ ਰਿਹਾ, ਭਲਾ ਪਾਪ ਕਿਵੇਂ ਵਿਆਪ ਜੂ? ਇਹਦੇ ਵੀ ਸ਼ੰਕਿਆਂ ਹੋ ਸਕਦੀਆਂ। ਸਵੇਰੇ ਆਪਣੇ ਤੇ ਢਾਲ ਲਈਏ ਆਪਾਂ ਸਾਰੇ ਜਾਂ ਦਾਸ ਢਾਲ ਲਈ, ਰੋਮ ਰੋਮ ਜੇ ਆਪਣਾ ਗਰਮੀ ਦੀ ਰੁੱਤ ਵਿੱਚ ਆਪਣੀ ਬਾਡੀ ਨੂੰ ਹੀਟ ਦੇ ਕੇ ਸੂਰਜ ਆਪਣੇ ਰੋਮ ਰੋਮ ਚੋਂ ਪਸੀਨਾ ਕੱਢ ਸਕਦਾ ਹੈ, ਉਹਦੇ ਵਿੱਚ ਇੰਨੀ ਪਾਵਰ ਹੈ, ਤੁਸੀਂ ਭੱਜ ਕੇ ਪਸੀਨਾ ਕੱਢ ਸਕਦੇ ਹੋ ਤੇ ਤੁਸੀਂ ਗੁਰੂ ਘਰ ਭੱਜ ਕੇ ਰੋਮ ਰੋਮ ਨਹੀਂ ਸਿਮਰ ਸਕਦੇ। ਕਿ ਆਪਣੇ ਮਨਾਂ ਦੇ ਭੁਲੇਖੇ ਪਏ ਹੋਏ ਆ ਵੀ ਇਹ ਕਿਵੇਂ ਹੋਜੂ। ਫਿਰ ਮੈਂ ਪੁੱਛਦਾ ਭਾਈ ਗੁਰਸੰਗਤ ਜੀ ਮਾਫ਼ ਕਰਨਾ, ਪਰ ਇਹ ਕਿਵੇਂ ਹੋਜੂ, ਪਸੀਨਾ ਕਿਵੇਂ ਆਜੂ ਰੋਮ ਰੋਮ ਚੋਂ? ਗੁਰਮੁਖੋ ਉਹਦੇ ਤੇ ਵੀ ਦੋ ਤਰ੍ਹਾਂ ਦਾ ਪਸੀਨਾ, ਇੱਕ ਪਸੀਨਾ ਹੈ ਕਮਜ਼ੋਰੀ ਦਾ ਤੇਲੀਆਂ, ਇੱਕ ਪਸੀਨਾ ਹੈ ਮਿਹਨਤ ਦਾ। ਜਿਹੜਾ ਕੋਈ ਭੱਜ ਕੇ ਮਿਹਨਤ ਕਰਦਾ ਸੈਰ ਕਰਦਾ ਉਹ ਪਸੀਨਾ ਕੱਢਦਾ ਨਾ, ਇਸੇ ਟਕਾ ਗੁਰਸੰਗਤ ਜੀ ਆਪਾਂ ਵੀ ਗੁਰੂ ਨਾਨਕ ਦੇ ਵਾਹਿਗੁਰੂ ਦੇ ਸਿਮਰਨ 'ਚ ਜੁੜ ਕੇ, ਮਾਫ਼ ਕਰਨਾ ਮੈਨੂੰ ਦੁਨਿਆਵੀ ਕਹਿਣੀਆਂ ਪਈਆਂ, ਇਹ 'ਚ ਹੋਮੇ ਨਾ ਜਾਣਿਓ, ਕਿਉਂਕਿ ਜੇ ਦੁਨਿਆਵੀ ਨਹੀਂ ਗੱਲ ਕਰਦਾ ਫਿਰ ਆਪਾਂ ਨੂੰ ਐਂ ਹੁੰਦਾ ਵੀ ਪਤਾ ਨਹੀਂ ਕੀ ਕਹਿ ਕੇ ਇੱਕੋ ਗੱਲ 'ਤੇ ਡੇਢ ਘੰਟਾ ਲਾਤਾ ਵੀ ਨਾਮ ਜਪੋ ਸੇਵਾ ਕਰੋ ਸਤਸੰਗ ਕਰੋ। ਇਹ ਦੁਨਿਆਵੀ ਵਚਨ ਸੀ ਵੀ ਜੇ ਰੋਮ ਰੋਮ ਪਾਣੀ ਕੱਢ ਸਕਦਾ ਆਪਣੀ ਬਾਡੀ ਚੋਂ, ਐ ਨਾਮ ਰੂਪੀ ਵਾਹਿਗੁਰੂ ਵੀ ਨਿਕਲ ਜੂਗਾ, ਜਪੂਗੀ ਬਾਡੀ ਜੇ ਆਪਾਂ ਨਾਮ ਰੂਪੀ ਮਿਹਨਤ ਮਸ਼ਕਤ ਕਰਾਂਗਾ। ਇਹ ਕੋਈ ਗੱਪ ਨਹੀਂ ਹੁੰਦੀ, ਰੋਮ ਰੋਮ ਸਿਮਰ ਸਕਦੇ ਨੇ ਜਿਹੜੇ ਉਸ ਮੰਜ਼ਿਲ 'ਤੇ ਜਾਂਦੇ ਨੇ ਉਹ ਮਹਾਂ ਆਨੰਦ ਲੈਂਦੇ ਨੇ। ਮੇਰੇ ਅਰਜੀ ਨੂੰ ਕਹਿ ਦਿੰਦੇ ਆ ਬਾਬਾ ਜੀ ਸੈਰ ਕਰਿਆ ਕਰੋ, ਇੱਕ ਕਮਰੇ 'ਚ ਉੱਠ ਕੇ ਦੋ ਦਿਨ ਦੂਜੇ ਕਮਰੇ 'ਚੋਂ ਨਿਕਲਦਾ ਨਹੀਂ ਤੇ ਮੇਰੇ ਅਰਗੇ ਦਾ ਕੀ ਪਸੀਨਾ ਨਿਕਲਣਾ। ਸੋ ਹੈਗਾ ਮੇਰੇ ਅਰਗੇ ਪਾਪੀ ਨੂੰ ਕੀ ਪਤਾ ਰੋਮ ਰੋਮ ਕਿਵੇਂ ਸਿਮਰਿਆ ਜਾਊ, ਜਿਹਨੇ ਗੇਟੋਂ ਬਾਹਰ ਨਹੀਂ ਨਿਕਲਣਾ 15-15 ਦਿਨ ਤੇ ਉਹਨੂੰ ਪਸੀਨੇ ਦਾ ਵੀ ਕੀ ਗਿਆਨ, ਤੇ ਜਿਹਨੇ ਭਾਈ ਨਾਮ ਹੀ ਨਹੀਂ ਜਪਣਾ ਉਹਨੂੰ ਪਸੀਨੇ ਦਾ ਵੀ ਰੋਮ ਰੋਮ ਦਾ ਵੀ ਕੀ ਗਿਆਨ। ਸੋ ਆਪਾਂ ਜੇ ਰੱਬ ਵੱਲ ਮਿਹਨਤ ਕਰਾਂਗੇ, ਨਾਮ ਸਿਮਰਨ ਜਪਾਂਗੇ, ਆਪਾਂ ਨੂੰ ਸੁਣਨ ਵੀ ਮਿਲੂ। ਤ੍ਰੈ ਪਾਬੰਦੀ ਦੁਨਿਆਵੀ ਵਿੱਚ ਬੇਨਤੀ ਕੀਤੀ ਆ ਜੋ ਦਾਸ ਨੇ ਸਵੀਕਾਰ ਕਰਿਓ, ਜ਼ਰੂਰ ਵਿਚਾਰਿਓ ਮਨ ਨਾਲ। ਬ੍ਰਹਮ ਗਿਆਨ ਤਾਂ ਹੀ ਆਪਾਂ ਨੂੰ ਹਾਸਲ ਹੁੰਦਾ ਹੈ ਜੇ ਸੱਚ ਸਾਬਤ ਹੋ ਜੇ ਸੋਚ ਨਾਲ, ਵਿਚਾਰ ਹੋ ਜੇ। ਇਹ ਸੋਚ ਦੀ ਵਿਚਾਰ ਸੀ ਜੋ ਤੁਹਾਡੇ ਅੱਗੇ ਦਾਸ ਨੇ ਰੱਖੀ ਹੈ ਵੀ ਅੰਦਰ ਸੁਨਮ ਬਾਹਰ ਸੁਨਮ ਤ੍ਰੈ ਭਵਨ ਸੁਨਮ ਚੌਥੇ ਪਰ ਕੋ ਜੋ ਨਰ ਪੁੱਜੇ ਪਾਪ ਨਾ ਪੁੰਨਮ। ਇਹ ਨਾਲੇ ਮੈਂ ਨੀ ਬਚਨ ਆਖੀ, ਪਾਤਸ਼ਾਹ ਨੇ ਆਖੀ, ਇਹ ਪਾਤਸ਼ਾਹ ਦਾ ਹੁਕਮ ਸੀ। ਪਾਤਸ਼ਾਹ ਨੇ ਕਿਹਾ ਰੋਮ ਰੋਮ ਸਿਮਰੇ ਜੀਵ ਦਾ ਅੰਗ ਅੰਗ। ਵਾਹਿਗੁਰੂ ਆਖਦਾ ਜਿਹੜੇ ਪੁਰਸ਼ ਨਾਮ ਰੂਪੀ ਰੰਗ ਵਿੱਚ ਇੰਨੇ ਰੰਗੀ ਜਾਂਦੀ ਹੈ। ਫਿਰ ਸਵਾਮੀ ਜੀ ਨੇ ਦੱਸਿਆ ਹੈ, ਕਹੋ ਨਾਨਕ ਮਹਾਰਾਜ ਜੀ ਨੇ ਦੱਸਿਆ, ਜੋ ਮਾਂਗੀ ਜੋ ਮਾਂਗੋ ਸੋਈ ਸੋਈ ਪਾਵੋ ਆਪਣੇ ਖਸਮ ਭਰੋਸਾ। ਕਹੋ ਨਾਨਕ ਗੁਰ ਪੂਰਾ ਭੇਟਿਓ ਮਿਟਿਓ ਸਗਲ ਅੰਦੇਸਾ। ਹੇ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰਨਾ ਸਾਡੇ ਮਨ ਚੋਂ ਸਤਿਗੁਰੂ ਲਈ ਆਪਣੇ ਗੁਰੂ ਲਈ ਭਰੋਸਾ ਪੈਦਾ ਹੋ ਜੇ। ਜੇ ਸਾਡੇ ਅੰਦਰ ਭਰੋਸੇ ਦਾ ਥੰਮ ਹੈ ਫਿਰ ਦੁਨੀਆਂ ਦੀ ਤਾਕਤ ਦੁਨੀਆਂ ਦੇ ਵਿਚਾਰ ਦੁਨੀਆਂ ਦੇ ਕਰਕਰਮ ਸਾਡੇ 'ਤੇ ਲਾਗੂ ਜਾਂ ਲੀਨ ਨਿਵਾਸ ਮਨ 'ਤੇ ਕਰ ਨਹੀਂ ਸਕਦੇ। ਹੇ ਪਿਆਰਿਓ ਮਹਾਰਾਜ ਜੀ ਨੇ ਵੀ
ਸੱਚੇ ਪਾਤਸ਼ਾਹ ਨੇ ਆਪਾਂ ਨੂੰ ਕਿਹਾ ਹੋ ਨਾਨਕ। ਫਿਰ ਸਵਾਮੀ ਜੀ ਆਖਦੇ ਨੇ ਗੁਰਪੂਰਾ ਭੇਟਿਓ ਵੀ ਹੇ ਵਾਹਿਗੁਰੂ, ਗੁਰੂ ਪੂਰੇ ਤੋਂ ਸਾਨੂੰ ਸਭ ਕੁਝ ਮਿਲਣਾ, ਪੂਰੇ ਗੁਰੂ। ਅੱਜ ਸੰਸਾਰ ਦੇ ਵਿੱਚ ਆਪਾਂ ਨੂੰ ਬਹੁਤ ਜ਼ਿਆਦਾ ਵਿਸਤਾਰ ਭਰਮ ਨੇ ਧਰਮ ਤੋਂ ਤੋੜਿਆ ਹੋਇਆ। ਆਪਾਂ ਪੂਰੇ ਗੁਰੂ ਹੁੰਦੇ ਹੋਏ ਆਪਾਂ ਜਦੋਂ ਅਧੂਰੇ ਕਰਕਰਮ ਕਰਦੇ ਹਾਂ, ਫਿਰ ਹੀ ਆਪਣੇ ਉੱਤੇ ਭਰਮ ਪੈਦਾ ਹੁੰਦਾ। ਜਦੋਂ ਆਪਣੇ ਸਤਿਗੁਰੂ ਦਸੇ ਪਾਤਸ਼ਾਹ ਗਿਆਰਵੀਂ ਜੋਤ ਗੁਰਗੱਦੀ ਤੇ ਬਿਰਾਜਮਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਾਂ ਨੂੰ ਨਿੱਘੀ ਗੋਦ ਦਾ ਆਨੰਦ, ਕਿਰਪਾ ਦਾ ਪਾਤਰ, ਮਾਰਗ ਦੇ ਕੇ ਚਰਨੀ ਲਾ ਕੇ ਗਏ ਨੇ। ਫਿਰ ਆਪਾਂ ਇੱਧਰ ਉੱਧਰ ਸੋਚ ਜਦੋਂ ਭੜਕਾਉਂਦੇ ਹਾਂ, ਅਤੀ ਗੁਰੂ ਘਰ ਨਾਲ ਜੋੜਨ ਵਾਲਾ, ਗੁਰੂ ਘਰ ਨਾਲ ਜੁੜਿਆ ਹੋਇਆ ਰਸਤਾ ਜੇ ਕੋਈ ਆਪਾਂ ਨੂੰ ਦਿਖਾਉਂਦਾ, ਫਿਰ ਆਪਾਂ ਭਰਮ ਚ ਨਹੀਂ ਪਾਉਂਦੇ। ਭਰਮ ਪੈਦਾ ਹੀ ਉਦੋਂ ਹੁੰਦਾ ਜਦੋਂ ਇਨਸਾਨ ਪਰਮਾਤਮਾ ਬਣਨ ਦੀ ਕੋਸ਼ਿਸ਼ ਕਰਦਾ। ਇਹ ਪਰਮਾਤਮਾ ਇਨਸਾਨ ਹੀ ਬਣਾ ਕੇ ਰੱਖੋ, ਚਾਹੇ ਪ੍ਰੇਮ ਵਿੱਚ ਆਪਾਂ ਕਹਿ ਲੈਂਦੇ ਹਾਂ, ਪਰ ਸੰਤ ਅਵਸਥਾ ਬਹੁਤ ਉੱਚੀ ਹੈ। ਦਾਸ ਰਾਮਪਾਲ ਸਿੰਘ ਬੇਨਤੀ ਕਰਦਾ, ਵੀਰ ਮਾਤਾ ਬਹਿਨਾਂ ਬਜ਼ੁਰਗਾਂ ਨੂੰ ਵੀ ਇਨਸਾਨ ਬਣਨਾ ਹੀ ਬਹੁਤ ਔਖਾ, ਇਨਸਾਨ ਬਣ ਜਾਈਏ ਪਰਮਾਤਮਾ ਦੀ ਕਿਰਪਾ ਨਾਲ, ਨੇਕ ਨੀਤੀ ਨੇਕ ਕਰਮ ਕਰਨ ਦੀ ਵਿਰਤੀ ਮਿਲ ਜੇ, ਅਤੇ ਜੀਵਨ ਸਫਲ ਕਰਨ ਲਈ ਪੂਰੇ ਗੁਰੂ ਦੀ ਕਿਰਪਾ ਮਿਲ ਜੇ। ਇਹੀ ਸਾਡੀ ਮਹਾਰਾਜ ਜੀ ਹੱਥ ਰੱਖਣ। ਫਿਰ ਸਵਾਮੀ ਜੀ ਨੇ ਦੱਸਿਆ ਹੈ ਮਿਟਿਓ ਸਕਲ ਅੰਦੇਸਤਾ, ਵੀ ਸੱਚੇ ਪਾਤਸ਼ਾਹ ਸਾਰੇ ਭਰਮ ਸਾਰੇ ਹਨੇਰੇ ਦੂਰ ਹੋ ਜਾਣਗੇ। ਸਤਿਗੁਰੂ ਜੀ ਪਰ ਤੁਸੀਂ ਕਿਰਪਾ ਕਰਨਾ, ਆਪਣਾ ਦਿੱਤਾ ਹੋਇਆ ਮਤ ਅਨੁਸਾਰ, ਸੋਚ ਅਨੁਸਾਰ, ਦੇਹ ਅਨੁਸਾਰ ਜਨਮ ਦਿੱਤਾ ਹੋਇਆ, ਬਹੁਤ ਜਨਮ ਵਿਛੜੇ ਤੇ ਮਾਧੋ ਇਹ ਜਨਮ ਤੁਮਾਰੇ ਲਿਖੇ, ਕਹਿਣਾ ਸੌਖਾ ਪਰ ਸੱਚੇ ਪਾਤਸ਼ਾਹ ਨਿਭਾਉਣਾ ਔਖਾ ਤੁਹਾਡੀ ਕਿਰਪਾ ਬਿਨਾਂ। ਕਿਰਪਾ ਕਰੋ, ਦਿਆ ਕਰੋ, ਮਿਹਰ ਕਰਿਓ, ਭੁੱਲਿਓ ਨਾ, ਭੁਲਾਇਓ ਨਾ, ਵਿਸਰਿਓ ਨਾ, ਵਿਸਾਰਿਓ ਨਾ। ਮਹਾਰਾਜ ਜੀ ਦ੍ਰਿਸ਼ਟੀ ਰੱਖਿਓ, ਪੂਰੇ ਗੁਰੂ ਜੋੜੀ ਰੱਖਣਾ, ਅਤੇ ਸ਼ਬਦ ਨਾ ਗੁਰੂ ਗ੍ਰੰਥ ਸਾਹਿਬ ਨਾ ਸੰਗਤਾਂ ਨੂੰ ਵੀ ਅਪੀਲ ਹੈ, ਗੁਰੂ ਗ੍ਰੰਥ ਨੂੰ ਗੁਰੂ ਮੰਨੀਏ। ਇਹਨਾਂ ਭਰਮਾਂ ਚੋਂ ਤਾਂ ਹੀ ਛੁਟਕਾਰਾ ਹੋਣਾ, ਤਾਂ ਹੀ ਸੋਚ ਦੀ ਉੱਚ ਗਿਆਨ ਮਿਲਣਾ, ਜੇ ਆਪਾਂ ਪੂਰੇ ਗੁਰੂ ਦੀ ਪੂਰਾ ਗੁਰ ਅਰਾਧੀਏ, ਪੂਰੇ ਕੇ ਗੁਣ ਗਾਓ, ਨਾਨਕ ਪੂਰਾ ਪਾਇਆ। ਸੋ ਪੂਰਨ ਨੂੰ ਪਾਓ, ਅਤੀ ਇਹਨਾਂ ਬਹਿਨ ਭਰਮਾਂ ਦੇ ਛੁਟਕਾਰੇ ਆਪੇ ਹੋ ਜਾਣਗੇ। ਸੋ ਭੁੱਲਾਂ ਚੁੱਕਾਂ ਦੀ ਹਿਮਾ ਬਖਸ਼ਣਾ, ਅਤੀ ਗੱਜ ਵੱਜ ਕੇ ਬੁਲਾਓ ਪਤੀ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਸੰਗਤ ਦੀ ਚਰਨ ਕਮਲਾਂ ਵਿੱਚ
ਦਾਸ ਦੀ ਬੇਨਤੀ ਹੈ ਤਾਂ ਹੀ ਸੰਗਤਾਂ ਨੂੰ ਬੇਨਤੀ ਕਰੀ ਸੀ ਆਰਾਮ ਨਾਲ ਭਾਵੇਂ 9 ਵਜੇ ਤੋਂ ਲੈ ਕੇ ਆਪਾਂ ਇਕੱਤਰ ਹੋਏ ਹਾਂ ਹੁਣ ਤੱਕ ਪਰ ਬੇਨਤੀ ਹੈ ਦਾਸ ਦੀ ਹੱਥ ਜੋੜ ਕੇ ਵੀ ਆਏ ਹੋਏ ਪਿਆਰ ਕਰਨ ਵਾਲਿਆਂ ਨੂੰ ਆਪਾਂ ਅੱਜ ਦਾ ਦਿਨ ਜੋ ਆਪਾਂ ਦਿਲ ਚੋਂ ਸੋਚਿਆ 2 ਵਜੇ ਤੱਕ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਬਹਿਣਾ ਅਸੀਂ ਵੀ ਪੂਰਨ ਕੋਸ਼ਿਸ਼ ਮੇਰੀ ਬੇਨਤੀ ਹੈ ਜੋ ਕਿ ਟਰੱਸਟ ਦੇ ਮੈਂਬਰ ਸਾਹਿਬਾਨ ਮੋਦਵਾਰ ਵੀ ਭਾਈ ਪੂਰਨ ਸਮਾਪਤੀ ਪਹਿਲੋਂ ਭਾਵੇਂ ਹੋ ਜੀ ਲੇਟ ਨਾ ਹੋਈ ਸੋ ਤੁਹਾਡਾ ਸੰਯੋਗ ਪਿਆਰ ਹਿਰਦੇ 'ਚੋਂ ਮੰਗਦਾ ਅੱਜ ਦਾ ਦਿਨ ਦਾਸ ਨਿਮਰਤਾ ਸਾਹਿਬ ਬੇਨਤੀ ਹੈ ਜ਼ਰੂਰ ਸਾਥ ਦੇਣਾ ਜੇ ਕਿਸੇ ਨੇ ਭੋਜਨ ਪ੍ਰਸ਼ਾਦਾ ਛਕਣਾ ਫਿਰ ਬੈਠੇ ਹੀ ਅੱਕੜ ਜਾਂਦਾ ਬੰਦਾ ਸੋ ਆਪਾਂ ਉੱਠ ਵੀ ਸਕਦੇ ਹਾਂ ਤਾਂ ਨਹੀਂ ਉੱਠ ਕੇ ਫਿਰ ਆ ਜਾਵਾਂਗੀ ਫਿਰ ਦੀਵਾਨ 'ਚ ਸੱਜ ਜਾਵਾਂਗੀ ਐਂ ਕੋਈ ਉੱਠਣ ਤੋਂ ਮਨਾਹੀ ਨਹੀਂ ਪਰ ਬੇਨਤੀ ਹੈ ਗੁਰ ਸੰਗਤ ਜੀ ਜ਼ਰੂਰ ਸਾਥ ਦੇਣਾ ਜ਼ਰੂਰੀ ਕੰਮ ਤਾਂ ਸਦਾ ਹੀ ਰਹਿੰਦੇ ਨੇ ਕੋਸ਼ਿਸ਼ ਕਰਿਓ ਜਿਸ ਦਾ ਸਰ ਸਕਦਾ ਜ਼ਰੂਰ ਹਾਜ਼ਰੀ ਬਾਕੀ ਜੋ ਪੁੰਨਿਆ ਮੱਸਿਆ ਦੀ ਹਾਜ਼ਰੀ ਅੱਗੋਂ ਜੋ ਅਰਦਾਸ ਆਉਣੀ ਆ ਮੱਸਿਆ ਪੁੰਨਿਆ ਅੱਗੋਂ ਉਹ ਭਾਈ ਸੁਖਦੇਵ ਸਿੰਘ ਜੀ ਦੱਸ ਦੇਣਗੇ ਦੇਗ ਲੈ ਕੇ ਜਾਣਾ ਅਤੇ ਦਾਸ ਦੀ ਬੇਨਤੀ ਹੈ ਜੋ ਵੀ ਆਏ ਨੇ ਗੁਰਮੁਖ ਜਨ ਸਾਰੇ ਬਾਬਾ ਜੀ ਨੂੰ ਪਿਆਰ ਕਰਨ ਵਾਲੇ ਗੁਰੂ ਗ੍ਰੰਥ ਸਾਹਿਬ ਨੂੰ ਗੁਲਜ਼ਾਰ ਸਿੰਘ ਜੀ ਨੂੰ ਦਾਸ ਉਹਨਾਂ ਦਾ ਬੱਚਾ ਸੋ ਉਹਨਾਂ ਨੂੰ ਜੀਆਂ ਆਖਦਾ ਸਾਰੀ ਗੁਰਸੰਗਤ ਜੀ ਨੂੰ ਮਾਤਾ ਬਹਿਨਾਂ ਨੂੰ ਵੀਰਾਂ ਨੂੰ ਆਏ ਹੋਏ ਬਹੁਤ ਵਾਰਾਂ ਨੂੰ ਸੋ ਜੀਆਂ ਆਖਦਾ ਤੇ ਭੁੱਲਾਂ ਚੁੱਕਾਂ ਦੀ ਮਾਫ਼ੀ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜੀ ਆਪਾਂ ਮਹਾਂਪੁਰਸ਼ਾਂ ਦੇ ਵਾਸੀ ਤੇ ਆਏ ਹਾਂ ਸੰਗਤਾਂ ਇਸ ਵਾਸੀ ਤੇ ਪਹੁੰਚੀਆਂ ਵਾਂ ਮੈਂ ਸਾਰਾ ਜਿਹਨਾਂ ਨੇ ਬੜਾ ਵੱਡਾ ਉਪਰਾਲਾ ਕਰਕੇ ਹਰ ਸਾਲ ਸਾਨੂੰ ਸੰਗਤਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੋਦ ਦਾ ਆਨੰਦ ਮਾਣਨ ਦਾ ਮੌਕਾ ਮਿਲਦਾ ਸੋ ਇਹਨਾਂ ਸਾਧਾਂ ਨੇ ਇੱਥੇ ਮੈਂ ਧੰਨਵਾਦ ਕਰਦਾ ਉੱਥੇ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬਕਾ ਚੇਅਰਮੈਨ ਮੈਂ ਬੇਨਤੀ ਕਰਦਾ ਰਤਨ ਸਿੰਘ ਜੀ ਕਮਾਲਪੁਰੀ ਉਹ ਵੀ ਬਾਬਾ ਬਲਜਾਰ ਸਿੰਘ ਜੀ ਨੂੰ ਸ਼ਰਧਾ ਦੇ ਪ੍ਰਗਟ ਕਰਨਗੇ ਗੋਹਿਤ ਨਾਮ ਕੇ ਜਹਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਤੇ ਪਵਿੱਤਰ ਗੋਬਿੰਦ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਗੁਰੂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਆਪਾਂ ਬਹੁਤ ਹੀ ਸਤਿਕਾਰਯੋਗ ਬਾਬਾ ਰਾਮਪਾਲ ਜੀ ਝਾਂਡੇ ਉਹਨਾਂ ਦੇ ਹੋਣਹਾਰ ਪਿਤਾ ਜੀ ਬਾਬਾ ਗੁਲਜ਼ਾਰ ਸਿੰਘ ਜੀ ਜਿਹਨਾਂ ਦੀ ਆਪਾਂ 16ਵੀਂ ਵਰਸੀ ਮਨਾ ਰਹੇ ਹਾਂ ਤਿੰਨ ਪ੍ਰਕਾਰ ਦੇ ਲੋਕ ਇਸ ਦੁਨੀਆਂ ਤੇ ਆਉਂਦੇ ਨੇ ਇੱਕ ਉਹ ਹੁੰਦੇ ਨੇ ਜਿਹੜੇ ਪਰਿਵਾਰ ਦੀ ਪਾਲਣਾ ਪੋਸ਼ਣਾ ਕਰਦੇ ਨੇ ਦੂਸਰੇ ਉਹ ਹੁੰਦੇ ਨੇ ਜਿਹੜੇ ਸਮਾਜ ਦੀ ਸੇਵਾ ਕਰਦੇ ਨੇ ਤੀਸਰੇ ਉਹ ਹੁੰਦੇ ਨੇ ਜਿਹੜੇ ਧਰਮ ਦੀ ਸੇਵਾ ਕਰਦੇ ਨੇ ਬਾਬਾ ਰਾਮਪਾਲ ਜੀ ਜਿਹੜੇ ਕਿ ਸਾਨੂੰ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜ ਕੇ ਉਹਨਾਂ ਦਾ ਉਪਦੇਸ਼ ਦਿੰਦੇ ਨੇ ਸੰਤ ਬਾਬਾ ਗੁਲਜ਼ਾਰ ਸਿੰਘ ਜੀ ਜਿਹਨੂੰ ਆਪਾਂ ਯਾਦ ਕਰਦਿਆਂ ਹੋਇਆ 16ਵੀਂ ਵਰਸੀ ਮਨਾ ਰਹੇ ਹਾਂ ਵਰਸੀਆਂ ਉਹਨਾਂ ਦੀਆਂ ਮਨਾਈਆਂ ਜਾਂਦੀਆਂ ਨੇ ਜੋ ਸਮਾਜ ਦੇ ਲਈ ਜੋ ਧਰਮ ਦੇ ਲਈ ਕੁਝ ਕਰਕੇ ਜਾਂਦੇ ਨੇ ਬਾਬਾ ਗੁਲਜ਼ਾਰ ਸਿੰਘ ਜੀ ਜੋ ਅੱਜ ਆਪਾਂ ਇਹ ਦੇਖਦੇ ਹਾਂ ਉਹਨਾਂ ਦੀ ਵਰਸੀ ਮਨਾ ਰਹੇ ਹਾਂ ਬਾਬਾ ਰਾਮਪਾਲ ਜੀ ਰਹਿਣ ਵਾਲੇ ਸਮੇਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਲੈ ਕਰਕੇ ਸਾਧ ਸੰਗਤ ਜੀ ਪਿਛਲੀ ਵਾਰ ਕਰੀ ਗੱਲ ਅਜੇ ਸੰਪੂਰਨ ਨਹੀਂ ਹੋਈ ਸਿਰਫ 2 ਮਿੰਟ ਲੈ ਨੇ ਕਿ ਦੁਨਿਆਵੀ ਸ਼ਾਦੀ ਸਾਡੀ ਇੱਕ ਹੁੰਦੀ ਹੈ ਜੀ ਪੱਪੂ ਜੀ ਜਸ਼ਨਦੀਪ ਸਿੰਘ ਫਰੀਦਕੋਟ ਤੋਂ ਐਸ ਪੀ ਸਾਹਿਬ ਪਿੱਪਨ ਨਾਗਪਾਲ ਗੁੜ ਮੰਡੀ ਤੋਂ ਮੈਂ ਜਿਹਨਾਂ ਦੇ ਨਾਮ ਬੋਲ ਰਿਹਾ ਬੇਨਤੀ ਹੈ ਕਿ ਵੀ ਸਟੇਜ ਤੇ ਜੇ ਆ ਕੇ ਸਨਮਾਨ ਜ਼ਰੂਰ ਲੈ ਕੇ ਜਾਣ ਸੁਨੀਲ ਕਾਲੜਾ ਜੀ ਗੁੜ ਮੰਡੀ ਤੋਂ ਸੋਨੂ ਕਾਲੜਾ ਜੀ ਗੁੜ ਮੰਡੀ ਜਿਹੜੀ ਗੁਰਸੰਗ ਜੀ ਆ ਸਾਰੀ ਡੈਕੋਰੇਸ਼ਨ ਕੀਤੀ ਆ ਦਰਬਾਰ ਦੇ ਵਿੱਚ ਬਦੋਵਾਲ ਤੋਂ ਸਰਦਾਰ ਵੀਰ ਸਿੰਘ ਜੀ ਗਰੇਵਾਲ
ਰਵਿੰਦਰ ਕੌਰ ਜੀ ਰੇਲਵੇ ਵਾਲੇ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਰੇਲਵੇ ਵਾਲੇ ਸੁਰਿੰਦਰ ਸਿੰਘ ਜੀ ਪਹਿਰੀਨ ਤੋਂ ਇਸ ਤੋਂ ਪਹਿਲਾਂ ਮੈਂ ਬੇਨਤੀ ਕਰ ਦੂੰ ਬੋਲੇ ਇਸ ਤੋਂ ਨਿਹਾਲ ਵਿੱਚੋਂ ਸਾਧਾ ਦੇ ਸਤਿਕਾਰ ਭੇਟ ਕਰਨ ਵਾਸਤੇ ਆਈ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਸਾਰੇ ਹੀ ਉਸ ਮਹਾਨ ਸ਼ਖਸੀਅਤ ਦੇ ਬਰਸੀ ਸਮਾਗਮ ਤੇ ਸ਼ਾਮਲ ਹੋਣ ਵਾਸਤੇ ਆਏ ਹਾਂ ਜਿਨ੍ਹਾਂ ਨੇ ਆਪਣੇ ਸਮੇਂ ਵਿੱਚ ਕੁਛ ਕਰਕੇ ਵਿਖਾਇਆ, ਜਿਹੜੇ ਕਰ ਜਾਂਦੇ ਨੇ ਉਹ ਹਮੇਸ਼ਾ ਜਿਉਂਦੇ ਰਹਿੰਦੇ ਨੇ। ਕਹਿਣ ਵਾਲੀ ਬੜੀ ਦੁਨੀਆ ਆਉਂਦੀ ਆ, ਕਹਿ ਕੇ ਚਲੀ ਜਾਂਦੀ ਆ, ਪਰ ਘੱਟ ਵਿਅਕਤੀ ਆਉਂਦੇ ਨੇ ਜਿਹੜੇ ਕਰਕੇ ਜਾਂਦੇ ਨੇ। ਉਹਨਾਂ ਵਿੱਚੋਂ ਇੱਕ ਸੰਤ ਬਾਬਾ ਗੁਰਜਾਤ ਸਿੰਘ ਜੀ, ਜਿਨ੍ਹਾਂ ਦੇ ਨਾਲ ਸਾਨੂੰ ਰਹਿਣ ਦਾ ਲੰਮਾ ਸਮਾਂ ਮੌਕਾ ਮਿਲਿਆ, ਜਿਨ੍ਹਾਂ ਦੇ ਅਸੀਂ ਰੱਜ ਕੇ ਦਰਸ਼ਨ ਨਹੀਂ ਕੀਤੇ, ਉਹਨਾਂ ਦੇ ਬਰਸੀ ਸਮਾਗਮ ਆ। ਸਾਨੂੰ ਅੱਜ ਇੱਥੋਂ ਕੁਛ ਸਿੱਖ ਕੇ ਜਾਣਾ ਚਾਹੀਦਾ, ਕੁਛ ਲੈ ਕੇ ਜਾਣਾ ਚਾਹੀਦਾ ਆ। ਪੰਜਾਬ ਦੀ ਧਰਤੀ ਨੇ ਤਿੰਨ ਇਤਿਹਾਸ ਲਿਖੇ ਆ, ਇੱਕ ਗੁਰੂ ਇਤਿਹਾਸ ਆ, ਇੱਕ ਸਿੱਖ ਇਤਿਹਾਸ ਆ, ਇੱਕ ਮੇਰੇ ਸਾਹਿਬ ਮੇਰੇ ਸਾਹਿਬ ਮੇਰੇ ਸਾਹਿਬ ਮੇਰੇ ਸਾਹਿਬ ਤੂੰ ਮੈਂ ਮਾਣ ਨੀ ਮਾਣੀ ਤੂੰ ਮੈਂ ਮਾਣ ਨੀ ਮਾਣੀ ਮੇਰੇ ਸਾਹਿਬ ਮੇਰੇ ਸਾਹਿਬ ਸਾਹਿਬ ਮੇਰੇ ਸਾਹਿਬ ਅਰਦਾਸ ਕਰੀ ਰੱਬ ਆਪਣੇ ਆ ਗਏ ਅਰਦਾਸ ਕਰੀ ਰੱਬ ਆਪਣੇ ਆ ਗਏ ਸੁਣ ਸੁਣ ਜੀਵਾ ਤੇਰੀ ਬਾਣੀ ਸੁਣ ਜੀਵਾ ਤੇਰੀ ਬਾਣੀ ਮੇਰੇ ਸਾਹਿਬ ਮੇਰੇ ਸਾਹਿਬ ਮੇਰੇ ਸਾਹਿਬ ਤੂੰ ਮੈਂ ਮਾਨ ਇਸ ਦਰਬਾਰ ਦੇ ਵਿੱਚ ਜਿੱਥੇ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਨੇ ਉਹਨਾਂ ਨੂੰ ਜਿੱਥੇ ਹਰ ਪੱਖੋਂ ਉਹਨਾਂ ਨੂੰ ਮੈਂ ਸਮਝਦਾ ਹੈ ਇੱਕ ਅੱਛਾ ਰਸਤਾ ਦਿਖਾਈ ਦਿੰਦਾ, ਕਿਉਂਕਿ ਜੋ ਸਾਨੂੰ ਗੁਰੂ ਸਾਹਿਬ ਦਾ ਨਾਮ ਉਪਦੇਸ਼ ਸਾਨੂੰ ਜ਼ਿੰਦਗੀ ਜਿਉਣ ਦਾ ਰਸਤਾ ਦਿਖਾਉਂਦਾ, ਸਾਨੂੰ ਦੱਸਦਾ ਕਿ ਸਾਨੂੰ ਜ਼ਿੰਦਗੀ ਕਿਸ ਤਰ੍ਹਾਂ ਦੀ ਜਿਉਣੀ ਚਾਹੀਦੀ ਹੈ। ਹੁਣੇ ਮੇਰੇ ਤੋਂ ਪਹਿਲਾਂ ਗੱਲਾਂ ਕਰ ਰਹੇ ਸੀ ਕਿ ਨਸ਼ਿਆਂ ਦੇ ਖਿਲਾਫ਼ ਕਿਸ ਤਰ੍ਹਾਂ ਸਮਾਜਿਕ ਬੁਰਾਈਆਂ ਦੇ ਖਿਲਾਫ਼ ਆਖੇ, ਜਦ ਅਸੀਂ ਇਹਨਾਂ ਧਾਰਮਿਕ ਸਥਾਨਾਂ ਤੇ ਆਉਂਦੇ ਹਾਂ ਤਾਂ ਸਾਨੂੰ ਇੱਕ ਜ਼ਿੰਦਗੀ ਦੀ ਸੇਧ ਮਿਲਦੀ ਹੈ, ਸਾਨੂੰ ਜ਼ਿੰਦਗੀ ਜਿਉਣ ਦਾ ਰਸਤਾ ਮਿਲਦਾ ਹੈ। ਤੇ ਵੱਡੀ ਗੱਲ ਜਿਹੜਾ ਸੰਤ ਬਾਬਾ ਗੁਲਜ਼ਾਰ ਸਿੰਘ ਜੀ ਨੂੰ ਯਾਦ ਕਰਨਾ, ਇਹ ਇੱਕ ਸਮਾਜ ਦੇ ਲਈ ਉਪਦੇਸ਼ ਹੈ, ਇੱਕ ਸੰਦੇਸ਼ ਹੈ, ਇੱਕ ਰਸਤਾ ਦਿਖਾਉਣ ਵਾਲੀ ਗੱਲ ਹੈ ਕਿ ਅਸੀਂ ਉਹਨਾਂ ਬਜ਼ੁਰਗਾਂ ਨੂੰ ਜਿਨ੍ਹਾਂ ਦੇ ਘਰ ਸੰਤ ਬਾਬਾ ਰਾਮਪਾਲ ਸਿੰਘ ਜੀ ਦਾ ਜਨਮ ਲੈਣਾ, ਇਹ ਦੱਸਦਾ ਕਿ ਉਹ ਬਜ਼ੁਰਗ ਕਿੰਨੇ ਮਹਾਨ ਹੋਣਗੇ, ਉਹ ਕਿੰਨੇ ਤਪੱਸਵੀ ਹੋਣਗੇ, ਤੇ ਅੱਜ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ। ਤੇ ਜਿੱਥੇ ਇਹ ਚ ਕੋਈ ਸ਼ੱਕ ਨਹੀਂ, ਜਿਸ ਤਰ੍ਹਾਂ ਦੱਸਿਆ ਗਿਆ ਕਿ ਆਓ ਆਪਾਂ ਵੀ ਆਪੋ ਆਪਣੇ ਜਿੱਥੇ ਬਜ਼ੁਰਗਾਂ ਨੂੰ ਯਾਦ ਕਰਦੇ ਹਾਂ ਉਹਨਾਂ ਦੀ ਦੇਣ, ਕਿਉਂਕਿ ਕਿਸੇ ਵੀ ਮਾਤਾ ਪਿਤਾ ਦੀ ਦੇਣ ਬਹੁਤ ਵੱਡੀ ਹੁੰਦੀ ਹੈ ਆਪਣੀ ਔਲਾਦ ਦੇ ਲਈ। ਅੱਜ ਪਰ ਸਾਡੇ ਸਮਾਜ ਦੇ ਵਿੱਚ ਬੜੀ ਵੱਡੀ ਗਿਰਾਵਟ ਆ ਗਈ ਹੈ ਕਿ ਅਸੀਂ ਮਾਤਾ ਪਿਤਾ ਦਾ ਵੀ ਸਤਿਕਾਰ ਕਰਾਉਣ ਦੀ ਇਹਨਾਂ ਨੇ ਠਾਣੀ ਹੋਈ ਆ। ਇਹ ਗੱਲ ਬਾਬਾ ਰਾਮ ਰਹੀਮ ਸਿੰਘ ਨੇ
अपने बाप की यानी साह गुलजार सिंह की संत गुलजार सिंह की 16वीं बरसी ते रामपाल सिंह ने अहद लिया। इन्होंने चलते हुए मैं इस गल की शहदी भरदा और बाबा रामपाल जी नूं इस गल की बधाई दिना और उन्होंने अपने बाप की संत गुलजार सिंह की विरासत नूं अगे तुरिया और मैं ज्यादा ना कुछ कहता होया एक बारी फिर बाबा रामपाल सिंह जी नूं वधाई दिना और इन्होंने विशाल कट किया। बहुत घट तो घट दवाई लिखनी है वह लिखनी है अजे ठाठ मारता हुआ कट इस गल का गवाह है कि संत रामपाल जी किन्ना प्यार बनते ने किसे अब्दुल्लापुर बस्ती दे विच पहला डेरा सी ओदे नाल भी ज्यादा कट उन्हें नहीं दूर खिंच के लियांदा इन्हां ने डेरा जंगल दे विच मंगल बनाया पिया है ते अज लख बंदे दा करीब मैनूं पता लग्गिया है कट है काफी लोग जा भी चुके ने ते काफी लोग हले इंतजार कर रहे ने ते इह दे प्यार दे सदका ही है जो इन्ने लोग इन्हां दे नाल जुड़े हुए ने ते पिता जी दी बरसियां दा बहुत मनांदे ने ते जो संत रामपाल जी सिंह जी हरेक साल 5 दिसंबर नूं मना के उदाहरण पेश करदे ने ते इन्ने लोकां नूं खुल्ला सद्दा दिंदे ने कि इन्ने लोग लंगर खा के जांदे ने। संत रामपाल जी सवेरे 3 बजे पता लग्गिया उठ के लगभग 800 लोकां दी ओपीडी जिवें साडे डाक्टरां दी हुंदी है 800 मरीज रोज दे जां संगत रोज दी कुत्ता है जी की बदे मेरे छोटे वीर अंकित बंसल जी जो कि संत बाबा रामपाल जी के पैरोकार ने ओएलडी टू सीएम ने उन्होंने आना सी सरपंच जसवीर सिंह जी बिट्टू असी खुद चंडीगढ़ ही जिदन ये सानू कार दे के गए पर किसी जरूरी कारना करके वो पहुंच नहीं सके। मैं अपने छोटे भरा अंकित बंसल वालों ਇਹ ਦਰਬਾਰ ਵਿੱਚ ਹਾਜ਼ਰੀ ਲਵਾਉਂਦਾ ਹੋਇਆ ਕਿ ਮੈਂ ਤਾਂ ਜਾ ਚੁੱਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਇਸ ਗੱਲ ਤੋਂ ਭਲੀ ਭਾਂਤ ਜਾਣੂ ਆ ਕਿ ਬਾਬਾ ਜੀ ਦਾ ਉਪਰਾਲਾ ਬੜਾ ਵੱਡਾ ਹੈ ਉਹ ਚਾਹੇ ਪੂਰੇ ਪੰਜਾਬ ਵਾਸਤੇ ਹੈ ਚਾਹੇ ਉਹ ਹਲਕੇ ਵਾਸਤੇ ਹੈ ਚਾਹੇ ਉਹ ਬੜਾ ਲੰਬਾ ਸਮਾਂ ਦਾਸ ਨੂੰ ਬਾਬਾ ਜੀ ਨੂੰ ਆ ਕੇ ਦੱਸਦੇ ਆ ਤੇ ਉਹ ਮੈਂ ਗੁਰੂ ਚਰਨਾਂ ਚ ਇਹ ਗੱਲ ਕਹਿ ਰਿਹਾ ਕਿ ਉਹ ਪੂਰੀ ਹੁੰਦੀ ਹੈ ਉਹ ਸਿਰੇ ਲੱਗਦੀ ਹੈ ਔਰ ਡਾਕਟਰ ਜਿੰਦਰ ਜੀ ਨੇ ਤੁਹਾਡੀ ਹਾਜ਼ਰੀ ਚ ਕਿਹਾ ਤੁਸੀਂ ਸੁਣਿਆ ਕਿ ਜਿਨ੍ਹਾਂ ਨੇ ਬਾਬਾ ਜੀ ਤੋਂ ਪੁੱਤਰ ਦੀ ਦਾਤ ਬਖਸ਼ੀ ਉਹ ਵੀ ਪੂਰੀ ਹੋਈ ਇੱਕ ਡਾਕਟਰ ਦਾ ਸਟੇਜ ਤੇ ਕਹਿਣਾ ਬੜੀ ਵੱਡੀ ਗੱਲ ਆ ਤੁਸੀਂ ਸਾਰੇ ਇਸ ਗੱਲ ਤੋਂ ਭਲੀ ਭਾਂਤ ਜਾਣਕਾਰ ਹੋ ਜਾਣੂ ਹੋ ਕਿ ਬਾਬਾ ਜੀ ਸਭ ਦੇ ਦੁੱਖ ਸੁੱਖ ਸੁਣਦੇ ਆ ਔਰ ਸਭ ਦੇ ਦੁੱਖ ਆ ਜਿਹੜੇ ਉਹ ਕੱਟਦੇ ਆ ਇੱਥੇ ਬੜੇ ਲੰਬੇ ਸਮੇਂ ਤੋਂ ਮੈਡੀਕਲ ਕੈਂਪ ਦੀਆਂ ਸੁਵਿਧਾਵਾਂ ਨੇ ਬਾਬੇ ਨੇ ਬਾਬਾ ਜੀ ਨੇ ਨਗਰ ਚ ਔਰ ਇਸ ਹਲਕੇ ਚ ਖਾਸ ਕਰਕੇ ਸਿੱਖੀ ਦਾ ਬੜਾ ਪ੍ਰਚਾਰ ਤੇ ਪ੍ਰਸਾਰ ਕੀਤਾ ਆਪਾਂ ਸਾਰੇ ਇਹਨਾਂ ਦੇ ਵੇਖੇ ਲੱਗੇ ਆ ਇਹਨਾਂ ਦੇ ਲੜ ਲੱਗੇ ਆ ਮੈਂ ਗੁਰੂ ਮਹਾਰਾਜ ਦੇ ਚਰਨੀ ਬੇਨਤੀ ਕਰਦਾ ਬਾਬਾ ਜੀ ਨੂੰ ਪਰਮਾਤਮਾ ਹੋਰ ਸ਼ਕਤੀ ਦੇ ਔਰ ਸਾਡੇ ਵੱਡੇ ਬਾਪੂ ਜੀ ਬਾਬਾ ਗੁਲਜਾਰ ਸਿੰਘ ਜੀ ਨੂੰ ਸਭ ਤੋਂ ਅੱਗੇ ਸਤਿਕਾਰ ਭੇਟ ਕਰਦਾ ਆਪਣੇ ਬਣਿਓ ਆਪਣੇ ਨਗਰ ਬਣਿਓ ਔਰ ਸਮੁੱਚੀ ਕਾਂਗਰਸ ਪਾਰਟੀ ਬਣਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁੜੀ ਹੋਈ ਸਤਸੰਗ ਕਰੇਨ ਦੇ ਮਹਾਂਵਾਰ ਅਨੁਸਾਰ ਅੱਜ ਆਪਾਂ ਸਾਰੇ ਸ੍ਰੀ ਮਾਨ ਸੰਤ ਬਾਬਾ ਰਾਮਪਾਲ ਸਿੰਘ ਜੀ ਦੇ ਸਤਿਕਾਰਯੋਗ ਪਿਤਾ ਸੰਤ ਬਾਬਾ ਗੁਲਜਾਰ ਸਿੰਘ ਜੀ ਦੀ ਸਾਲਾਨਾ 16ਵੀਂ ਬਖਸ਼ੀ ਦੇ ਉਪਲਕਸ਼ ਦੇ ਵਿੱਚ ਸਤਸੰਗ ਦੇ ਰੂਪ ਵਿੱਚ ਇਕੱਠੇ ਹੋਏ ਹਾਂ। ਇਹ ਜੋ ਇੰਨੀ ਸੰਗਤ ਹੈ ਇਹ ਹਰ ਸਾਲ ਬਾਬਾ ਜੀ ਦੀ ਬਰਸੀ ਦੇ ਸੰਬੰਧ ਦੇ ਵਿੱਚ ਤਕੱਦਰ ਹੁੰਦੀ ਹੈ। ਇਹ ਸੰਤਾਂ ਬਾਬਾ ਰਾਮਪਾਲ ਸਿੰਘ ਜੀ ਦੀ ਬਹੁਤ ਵੱਡਾ ਇੱਕ ਉਪਰਾਲਾ ਹੈ ਜਿੱਥੇ ਅਧਿਆਤਮਿਕ ਤੌਰ 'ਤੇ ਸੰਗਤਾਂ ਨੂੰ ਉਪਦੇਸ਼ ਦਿੰਦੇ ਹਨ ਉੱਥੇ ਸਮਾਜਿਕ ਤੌਰ 'ਤੇ ਵੀ ਬਹੁਤ ਸਾਰੇ ਐਸੇ ਕਾਰਜ ਕਰਦੇ ਨੇ ਜਿਹਦੇ ਨਾਲ ਸਮਾਜ ਦੇ ਵਿੱਚ ਸੁਧਾਰ ਆਉਂਦਾ ਹੈ। ਇਹ ਭਵਨ ਬਣਾਇਆ ਹੈ ਸੰਗਤਾਂ ਵਾਸਤੇ ਬਿਰਧ ਆਸ਼ਰਮ ਬਣਾਇਆ ਗਿਆ ਹੈ ਹੋਰ ਬੜੇ ਸਮਾਜਿਕ ਕਾਰਜ ਕਰਦੇ ਨੇ।
ਸੰਤਾਂ ਦੀ ਜਿਹੜੀ ਮਹਾਨਤਾ ਹੈ ਉਹ ਬੜੀ ਮਹਾਨ ਹੁੰਦੀ ਹੈ। ਗੁਰਬਾਣੀ ਦਾ ਫਰਮਾਨ ਹੈ, ਸੰਤ ਕੀ ਮਹਿਮਾ ਵੇਦ ਨਾ ਜਾਣੇ, ਜੇਤਾ ਸੁਣੇ ਤੇਤਾ ਵਖਿਆਨੇ। ਸੋ ਸੰਤ ਮਹਾਂਪੁਰਸ਼ ਹਮੇਸ਼ਾ ਹੀ ਸੰਗਤਾਂ ਦਾ ਉਧਾਰ ਕਰਦੇ ਨੇ। ਮੈਡੀਕਲ ਕੈਂਪ ਲਾਇਆ ਹੈ, ਸਮਾਜਿਕ ਨੀਤੀਆਂ ਬਾਰੇ ਵੀ ਸੰਗਤਾਂ ਨੂੰ ਉਪਦੇਸ਼ ਦਿੰਦੇ ਨੇ। ਸੋ ਮੈਂ ਆਪਣੇ ਵੱਲੋਂ ਡਾਕਟਰ ਬੀ ਆਰ ਅੰਬੇਡਕਰ ਮਿਸ਼ਨ ਵੈਲਫੇਅਰ ਸੁਸਾਇਟੀ ਵੱਲੋਂ ਸੰਤ ਬਾਬਾ ਗੁਰਜਾਤ ਸਿੰਘ ਜੀ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮਿੱਠੀ ਅਤੇ ਪਵਿੱਤਰ ਗੋਦ ਵਿੱਚ ਸੁਚੋਭਤ ਸੰਤ ਬਾਬਾ ਰਾਮਪਾਲ ਜੀ ਅਤੇ ਸਮੂਹ ਸਾਧ ਸੰਗਤ ਜੀਓ, ਆਪ ਦਸਮ ਪਾਤਸ਼ਾਹ ਵੱਲੋਂ ਦਿੱਤੀ ਫਤਿਹ ਪ੍ਰਵਾਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਉਸ ਮਹਾਨ ਆਤਮਾ ਸੰਤ ਬਾਬਾ ਗੁਰਜਾਤ ਸਿੰਘ ਜੀ ਜਿਨ੍ਹਾਂ ਦੀ ਅੱਜ 16ਵੀਂ ਬਰਸੀ ਯਾਦਗਾਰ ਆਪਾਂ ਸਮੂਹ ਝਾਂਡਾ ਪਰਿਵਾਰ ਸੰਤ ਬਾਬਾ ਰਾਮਪਾਲ ਸਿੰਘ ਜੀ ਅਤੇ ਸਮੁੱਚੀ ਸਾਧ ਸੰਗਤ ਜੀ ਮਨਾ ਰਹੇ ਹਾਂ। ਮੇਰਾ ਬਾਬਾ ਗੁਰਜਾਤ ਸਿੰਘ ਜੀ ਨਾਲ ਬਹੁਤ ਹੀ ਪੁਰਾਣਾ ਰਿਸ਼ਤਾ ਭਾਈਚਾਰਾ ਸੀਗਾ, ਕਿਉਂਕਿ ਧੂਰੀ ਲੈਣ ਤੇ ਸੰਤਾਂ ਦੇ ਨਾਲ ਬਹੁਤ ਹੀ ਵਿਚਰਨ ਦਾ ਰਹਿਣ ਦਾ ਮੌਕਾ ਮਿਲਿਆ। ਮਾਧੋ ਹਮ ਐਸੇ ਤੂੰ ਵੈਸਾ, ਮਾਧੋ ਹਮ ਐਸੇ, ਮਾਧੋ ਹਮ ਐਸੇ, ਮਾਧੋ ਹਮ ਐਸੇ ਤੂੰ ਵੈਸਾ, ਮਾਧੋ ਹਮ ਐਸੇ, ਮਾਧੋ ਹਮ ਐਸੇ। ਹਮ ਪਾਪੀ ਤੁਮ ਪਾਪ ਖੰਡਨ, ਨੀਕੋ ਠਾਕੁਰ ਦੇਸਾ, ਹਮ ਪਾਪੀ ਤੁਮ ਪਾਪ ਖੰਡਨ, ਨੀਕੋ ਠਾਕੁਰ ਦੇਸਾ, ਦੇਸਾ, ਮਾਧੋ ਹਮ ਐਸੇ ਤੂੰ ਵੈਸਾ, ਮਾਧੋ ਹਮ ਐਸੇ, ਮਾਧੋ ਹਮ ਐਸੇ, ਮਾਧੋ ਹਮ ਐਸੇ ਤੂੰ ਐਸਾ, ਮਾਧੋ ਹਮ ਐਸੇ, ਮਾਧੋ ਹਮ ਐਸੇ। ਹਮ ਮੈਲੇ ਤੁਨੂੰ ਪੂਜਲ ਕਰਦੇ, ਹਮ ਨਿਰਗੁਣ ਤੂੰ ਦਾਤਾ, ਹਮ ਮੈਲੇ ਤੁਨੂੰ ਪੂਜਲ ਕਰਦੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣ, ਤੂੰ ਸਰਬ ਕਲਾ ਕਾ ਗਿਆਤਾ, ਮਾਧੋ ਹਮ ਐਸੇ ਤੂੰ ਵੈਸਾ, ਮਾਧੋ ਹਮ ਐਸੇ, ਮਾਧੋ ਹਮ ਐਸੇ, ਮਾਧੋ ਹਮ ਐਸੇ ਤੂੰ ਵੈਸਾ, ਮਾਧੋ ਹਮ ਐਸੇ, ਮਾਧੋ ਹਮ ਐਸੇ। ਸਭ ਸਾਜੇ ਸਾਜ ਨਿਵਾਜ, ਜੀਓ ਪਿੰਡ ਦੇ ਪ੍ਰਾਣਾ, ਤੁਮ ਸਭ ਸਾਜੇ ਸਾਜ ਨਿਵਾਜ, ਜੀਓ ਪਿੰਡ ਦੇ ਪ੍ਰਾਣਾ,
निर्गुण यारे गुण नहीं को, तुम दान दे हो मेहरवाना मेहरवाना माधो हमें ऐसा राम कली भगवती जी सहाय वार श्री भगवती जी के पातशाह दसवीं प्रथम भगवती सिमरका गुरु नानक दिहाय फिर अंगद गुरते अमरदास राम दासा हुए सहाय अर्जना हर गोविंद ना सिमरो श्री हर राय तेग बहादुर सिमरिया घर नौ निधियाय साव थाई हुए सहाय दसवें पातशाह साहिब श्री गुरु गोविंद सिंह श्री गुरु ग्रंथ साहिब जीओ दे पाठ दर्शन उपदेश जी का ध्यान धरके बोलो जी गुरमुखा नाम जपिया वंड के छकिया देग चलाई गुरमुखा दे कमाई का ध्यान धरके बोलो जी ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਏ ਤੁਸੀਸ ਦਿੱਤੇ ਬੰਦ ਬੰਦ ਕਟਵਾਏ ਕੁਪਰੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਲਿਆ ਸਿੱਖੇ ਕੇਸਾਂ ਸਵਾਸਾਂ ਸੰਗ ਨਿਭਾਏ ਤਿੰਨਾਂ ਪੰਜਾਂ ਤਖਤਾਂ ਸਰਬੱਤ ਗੁਰਦੁਆਰੇ ਗੁਰੂ ਕੇ ਧਾਮਾਂ ਦਾ ਧਿਆਨ ਧਰਕੇ ਬੋਲੋ ਜੇ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਵਾਹਿਗੁਰੂ 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 ਨਾਮ ਚਿੱਤੇ ਆਵੇ ਚਿੱਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਬਿਰਦ ਕੇ ਪੈਦ ਪੰਥ ਕੇ ਦੇਤਾ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਚੁੰਗੇ ਜੁਗੋ ਜੁਗ ਅਟਲ ਧਰਮ ਕਾ ਜੈ ਰਾਤ ਨੂੰ 9:20 ਤੇ ਸਾਰਾ ਸਮਾਗਮ ਆਏਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨ ਕਮਲਾਂ ਵਿੱਚ ਬਿਰਾਜਮਾਨ ਗੁਰਸੰਗਤ ਜੀ ਆਪ ਨੇ ਦੂਰੋਂ ਦੂਰੋਂ ਚੱਲ ਕੇ ਦਾਸ ਦਾ ਮਾਣ ਰੱਖਿਆ ਮੈਂ ਕਰੋੜਾਂ ਵਾਰ ਆਈ ਹੋਈ ਗੁਰਸੰਗਤ ਨੂੰ ਜੀ ਆਇਆ ਆਖਦਾ ਅਤੇ ਪ੍ਰੇਮ ਸਹਿਤ ਗੱਜ ਵੱਜ ਕੇ ਮਾਈ ਭਾਈ ਅਤੇ ਰਲ ਮਿਲ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਸੰਗਤ ਜੀ ਪਿਛਲਾ ਕੁਛ ਸਮਾਂ ਆਪਾਂ ਕਹਿ ਦਿੰਦੇ ਹਾਂ ਸਿਹਤਾਂ ਦੀ ਅਰਦਾਸ ਪ੍ਰੇਮ ਵਿੱਚ ਅਤੇ ਪਿਆਰ ਵਿੱਚ ਕਹਿ ਦਿੰਦੇ ਨੇ ਅੱਜ ਵੀ ਦਾਸ ਬਿਲਕੁਲ ਠੀਕ ਠਾਕ ਬੜੀ ਅਪਰੰਪਾਰ ਕਿਰਪਾ ਤੁਹਾਡੀ ਬਿਲਕੁਲ ਠੀਕ ਸੀਗਾ ਸਿਰਫ ਨਾ ਬਹਿਣ ਦਾ ਕਾਰਨ 3 ਜਾਂ 3.5 ਘੰਟੇ ਦੇ ਦਰਮਿਆਨ
अपने तो 100 या 125 गुरमुख जन या माई भाई अंदर आ सकते सन, पर जोड़े दिलों के हर साल सोच के आते ने बचन दर्शन प्रशन, मैं उन्होंने तो खिमा मंगता कि जी विचार कोई वो दसिया गया कि संत महात्मा जी कुछ गुरमुख प्यारे समूह रुस जाते ने अज दास नूं, सो कोशिश करांगे असी भी तुसीं भी कोशिश करना जिन्हां दी वारी आ गई समागम दा दिन हुंदा मन उदास हो जांदा जदों मुड़दे ने ते नाल गुस्से हो जांदे ने नाराज, सो दास तो बेटा भी ते जिन्हां दी वारी आ गई उन्हां दा भी कृपा जिन्हें नहीं आई नाराज ना होना ताकि दास अगे तो बैठ के थोड़े दर्शन कर सके। सो गुरु ग्रंथ धन्यवाद करदा ते देह गुरतान वाले सेवकां नूं बेनती करदा समय दे विच रह के कृपा करके तेजी नाल देह गुरता के बहुत सिखां दी माफी वरसना। वाहिगुरु जी का खालसा वाहिगुरु जी की फतेह। परम सन्मान ते अति सत्कारयोग धन 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 श्री गुरु ग्रंथ साहिब जी के परम पवित्र चरणा च जुड़ बैठे गुरु रूप गुरु प्यारी साध संगत जीओ, गुरु साहब की बख्शी फतेह अज कर लगे हां। सारे ने गज बज के जवाब देना वाहे गुरु जी का खालसा। गुरबाणी का फरमान है गुरु सेवा ते भगत कमाई तावे मन सदेही पाए, ऐस देही को सिमरे देव सो देही भज हर की सेव, भजो गोविंद धूल मत जाओ मानस जन का ही लाहो। सो गुरु प्यारिओ, मालक ने साडे ते बड़ी पार कृपा की, सानू मानस जन की बख्शिश की। गुरु गुरबाणी मुताबक आप सारे जानते हैं 84 लाख जूनी के श्रेष्ठ जूनी है। गुरबाणी पढ़ते दो गल्लां मेन सेवा ते सिमरन, सिमरन है उस मालक का सेवा लोड़वंदां दी है। गुरमुखों सेवा कई तरह नाल कीती जा सकती है, अखां दान करके जिउंदे जी अखां दे पाल भर के सेवा कीती जा सकती है, खून दान करके किसी नूं खून दे के किसी की जान बचा देनी बड़ी वड्डी सेवा है, मौत तो बाद शरीर दान कर देना यह भी सेवा, अंग दान करके एक बंदा 8 बंदियां की जान बचा सकता है, यह भी बड़ी सेवा। मैं शॉर्ट च दसण की कोशिश करांगा, समझण का यतन करियो जिन्नी मालक ने कृपा की है। गुरमुखो, अखां दान महान है, मौत तो बाद अखां दे विच 6 घंटे जान हुंदी है, तुसी 6 घंटे दे विच विच शंकराई हॉस्पिटल नूं कर लो, दास नूं कर लो, पुनर ज्योताई मित्र नूं कर लो, किसे नूं नेड़े नूं फोन कर लो, लाइन च पाए हुए ने वो अखां दान हो सकदियां ने। कई जिहड़ियां नाम मराद बीमारियां ने आपां सारे जाणदे हां, उहनां च अखां दान नहीं हुंदियां। सो जरूर कोशिश करया करो, एक इंसान दी अखां 2 बंदियां दी दुनिया रोशन कर देणगीआं, उहनां अखां दे नाल उह गुरबाणी पढ़नगे दुनियादारी नूं देखणगे। उपरांत खून दान, जिउंदे जी एक यूनिट खून दे के किसे दी जान बचा देणी बहुत वड्डा दान है। 24 घंटे दे विच एक दो बंदे दा दिमाग डेड हो जावे, डॉक्टर ने क्लीयर करता भी पालता करो, गुरु साहब अपने निजी स्थान पर जाएंगे मंत्र का पाठ करिया। साढ़े हेड ग्रंथ जी हरप्रीत सिंह जी महापुरख नूं सन्मान कर रहे हैं, नूं मस्या होंदी है 17 जनवरी जी, ध्यान नाल सरवण करियो। उस दिन
महापुरखों का जन्मदिन भी है। 17 जनवरी मस्या के दिहाड़े ते जन्मदिन भी आ गया कुदरत वालों। ते उस दिन गुरसंगत जी एक खूनदान कैंप भी लगेगा जो कि आप 3-4 साल तो लगातार है बाबा जी के जन्मदिन से लाने हैं। उदे विच वध तो वध सेवादार वीरां नूं होर भी दान करन दी बेनती करियो। खूनदान कैंप लगेगा, दीवान भी लगेगा। एक गुरसंगत जी पिछले साल आप वर्षी वाले दिन एक रोको कैंसर का कैंप लगाया सी, वो फ्री लगता है, उदे विच काफी मरीजा नूं ਸਭ ਤੋਂ ਸਰਬੱਤ ਸਿੱਖ ਸੰਗਤਾਂ ਜੀ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰੂ ਨਾਨਕ ਦਰਬਾਰ ਝਾਂਡੇ ਵਿਖੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰ ਘਰੋਂ ਵਰਸਾਏ ਹੋਏ ਮਹਾਂਪੁਰਸ਼ ਸੰਤ ਰਾਮਪਾਲ ਸਿੰਘ ਜੀ ਉਹਨਾਂ ਦੇ ਪੂਜਨੀਕ ਪਿਤਾ ਬਾਬਾ ਗੁਲਜਾਰ ਸਿੰਘ 16ਵੀਂ ਬਰਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰਛਾ ਹੇਠ ਮਨਾਈ ਗਈ ਹੈ। ਸੁਬਾਹ 13 ਸ਼੍ਰੀ ਅਖੰਡਪੁਰ ਸਾਹਿਬ ਦੇ ਭੋਗ ਪੈਣ ਉਪਰੰਤ ਕਵਿਸ਼ੀ ਜੇਥਾ ਨੇ ਗੁਰ ਇਤਿਹਾਸ ਸਰਵਣ ਕਰਾਇਆ। ਮਹਾਂਪੁਰਖ ਨੇ ਗੁਰ ਸ਼ਬਦ ਦੀ ਕਥਾ ਕੀਤੀ ਹੈ। ਉਪਰੰਤ ਪੰਜਾਬ ਤੋਂ ਸੰਤ ਮਹਾਂਪੁਰਸ਼ ਸਿਆਸੀ ਲੀਡਰ ਜਿਨ੍ਹਾਂ ਨੇ ਕਿ ਬਾਬਾ ਗੁਲਜਾਰ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ। ਇਹ 16ਵੀਂ ਬਰਸੀ ਹੈ, ਹਰੇਕ ਸਾਲ ਅਸੀਂ ਬਰਸੀ ਮਨਾਉਂਦੇ ਹਾਂ। ਇਹਦਾ ਮੰਤਵ ਕੇਵਲ ਅਤੇ ਕੇਵਲ ਇਹੀ ਹੈ, ਮਹਾਂਪੁਰਖ ਆਪ ਜਪੈ ਅਵਰਾ ਨਾਮ ਜਪਾਬਾ, ਗੁਰੂ ਗ੍ਰੰਥ ਸਾਹਿਬ ਦੇ ਲੜ ਜੋੜਦੇ ਆ, ਬਾਣੀ ਦਾ ਉਪਰਾਲਾ ਕਰਦੇ ਆ, ਬਾਣੀ ਦੇ ਲੜ ਲਾਉਂਦੇ ਆ। ਔਰ ਬਰਸੀ ਦੇ ਸੰਬੰਧ ਵਿੱਚ ਲੁਧਿਆਣੇ ਦੀਆਂ ਮਾਹਰ ਜੋ ਹਸਪਤਾਲ ਹੈ ਉਹਦੀਆਂ ਟੀਮਾਂ ਵੱਲੋਂ ਵਿਸ਼ੇਸ਼ ਫਰੀ ਚੈੱਕਅਪ ਮੈਡੀਕਲ ਕੈਂਪ ਲਾਇਆ ਜਾਂਦਾ, ਜਿਸ ਵਿੱਚ ਮਹਾਂਪੁਰਖਾਂ ਵੱਲੋਂ ਫ੍ਰੀ ਦਵਾਈਆਂ ਦਿੱਤੀਆਂ ਜਾਂਦੀਆਂ ਹੈ, ਚੈੱਕਅਪ ਕੀਤਾ ਜਾਂਦਾ ਹੈ। ਉਹਦਾ ਸਾਰਾ ਪ੍ਰਬੰਧ ਮਹਾਂਪੁਰਖ ਸੰਤ ਰਾਮਪਾਲ ਸਿੰਘ ਜੀ ਵੱਲੋਂ ਹੁੰਦਾ ਹੈ। ਪਿਛਲੇ 1 ਹਫ਼ਤੇ ਤੋਂ ਸਾਡੇ ਬਹੁਤ ਹੀ ਸਤਿਕਾਰਯੋਗ ਪ੍ਰਧਾਨ ਜੈਵ ਸਿੰਘ ਜੀ ਵੱਲੋਂ ਉਹਨਾਂ ਰਹਿਨਮਾਈ ਹੇਠ ਸੇਵਾਦਾਰਾਂ ਨੇ ਤਨ ਮਨ ਧਾਨਾ ਸੇਵਾ ਕੀਤੀ ਹੈ, ਇਸ ਸਮਾਗਮ ਨੂੰ ਨੇਪਰੇ ਚਾੜਿਆ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰੂ ਨਾਨਕ ਦਰਬਾਰ ਪਿੰਡ ਝਾਂਡੇ ਜ਼ਿਲ੍ਹਾ ਲੁਧਿਆਣਾ ਵਿਖੇ ਜੁਗੋ ਜੁਗ ਅਟਲ ਪਾਵਨ ਗ੍ਰੰਥ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਸ਼੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਔਰ ਉਸ ਉਪਰੰਤ ਰੂਹਾਨੀ ਦੀਵਾਨ ਸਜੇ, ਜਿਨ੍ਹਾਂ ਵਿੱਚ ਸੰਤ ਰਾਮਪਾਲ ਸਿੰਘ ਜੀ ਜੋ ਇੱਕ ਬੜੀ ਉੱਚੀ ਅਤੇ ਸੁੱਚੀ ਧਾਰਮਿਕ ਸ਼ਖਸੀਅਤ ਹਨ, ਨੇ ਆਪਣੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਗੁਰੂ ਬਾਣੀ ਨਾਲ ਜੋੜਿਆ। ਔਰ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕੀਰਤਨੀ ਜਥੇ ਅਤੇ ਕਵੀਸ਼ਰੀ ਜਥਿਆਂ ਨੇ ਗੁਰੂ ਜਸ ਸੰਗਤਾਂ ਨੂੰ ਸਰਵਣ ਕਰਾਇਆ ਹੈ। ਸੰਤ ਬਾਬਾ ਗੁਲਜਾਰ ਸਿੰਘ ਜੀ ਇੱਕ ਬਹੁਤ ਹੀ ਸਾਦਗੀ, ਸੇਵਾ ਅਤੇ ਸਿਮਰਨ ਦੀ ਪਵਿੱਤਰ ਮੂਰਤ ਕਹੇ ਜਾਂਦੇ ਹਨ। ਉਹਨਾਂ ਨੇ ਸਾਰਾ ਜੀਵਨ ਮਨੁੱਖਤਾ ਦੀ ਸੇਵਾ ਦੇ ਵਿੱਚ ਭਲਾਈ ਕਰਦਿਆਂ, ਸੇਵਾ ਕਰਦਿਆਂ ਔਰ ਸਿਮਰਨ ਕਰਦਿਆਂ ਗੁਜ਼ਾਰਿਆ। ਔਰ ਇਸੇ ਰਸਤੇ ਉੱਤੇ ਜੋ ਸੱਚਾ ਅਤੇ ਸੁੱਚਾ ਰਸਤਾ ਗੁਰੂ ਗ੍ਰੰਥ ਸਾਹਿਬ ਸਾਨੂੰ ਦਿਖਾਉਂਦੇ ਹਨ, ਉਸੇ ਉੱਤੇ ਚੱਲਣ ਲਈ ਸਾਰੀ ਉਮਰ ਸੰਗਤਾਂ ਨੂੰ ਪ੍ਰੇਰਿਆ। ਅੱਜ ਉਹਨਾਂ ਦੇ 16ਵੀਂ ਬਰਸੀ ਦੇ ਸੰਬੰਧ ਵਿੱਚ ਧਾਰਮਿਕ ਦੀਵਾਨ, ਧਾਰਮਿਕ ਸਮਾਗਮ ਕਰਵਾਏ ਗਏ ਹਨ। ਸੋ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਔਰ ਜਿਨ੍ਹਾਂ ਜਿਨ੍ਹਾਂ ਸੇਵਾਦਾਰਾਂ ਨੇ, ਜਿਨ੍ਹਾਂ ਗ੍ਰੰਥੀ ਸਿੰਘਾਂ ਨੇ ਇਹ ਸੇਵਾ ਨਿਭਾਈ ਹੈ, ਗੁਰੂ ਮਹਾਰਾਜ ਉਹਨਾਂ ਨੂੰ ਹਮੇਸ਼ਾ ਹਮੇਸ਼ਾ ਆਪਣੇ ਸਤ ਬਚਨਾਂ ਦੇ ਨਾਲ, ਸਦ ਬਚਨਾਂ ਦੇ ਨਾਲ, ਉੱਚੇ ਸੁੱਚੇ ਬਚਨਾਂ ਦੇ ਨਾਲ ਜੋੜੀ ਰੱਖਣ, ਹਮੇਸ਼ਾ ਚੜ੍ਹਦੀ ਕਲਾ 'ਚ ਰੱਖਣ ਦਾ ਉਪਰਾਲਾ ਕਰਨ। ਔਰ ਇਸੇ ਤਰ੍ਹਾਂ ਸਾਨੂੰ ਸੇਵਾ ਸਿਮਰਨ ਦੇ ਨਾਲ, ਗੁਰੂ ਜੀ ਦੇ ਆਦਰਸ਼ਾਂ ਦੇ ਨਾਲ ਜੁੜੇ ਰਹਿਣ ਦਾ ਸੁਨੇਹਾ ਦਿੰਦੇ ਰਹਿਣ। ਇਹਨਾਂ ਸ਼ਬਦਾਂ ਦੇ ਨਾਲ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।